ਕਰਦੇ ਸਭ ਕਰੇ ਸੀ। ਦੱਸੋ ਅੱਜ ਅਸੀਂ ਆਏ ਜੀ ਬੱਚਾ ਫਾਰਮਿੰਗ 'ਤੇ, 3 ਮਹੀਨੇ ਵਾਲੀ ਬੱਚਾ ਫਾਰਮਿੰਗ। ਸਾਡੇ ਪਿੰਡ ਤੋਂ ਦੂਰ ਤਕਰੀਬਨ 10 ਕਿਲੋਮੀਟਰ ਦੂਰ ਹੈ ਖਾਨ ਮੁਬਸ਼ਰ ਖਾਨ ਆਕੂਗਾ, ਉਹਨਾਂ ਨੇ ਕਰ ਰੱਖੀ ਆ। ਉਹ ਇੰਨਾ ਤਕਰੀਬਨ 20 ਬੱਚੇ ਪਾ ਰੱਖੇ ਨੇ ਇਹਨਾਂ ਨੇ। ਫਾਰਮ 'ਤੇ ਅਸੀਂ ਪਹੁੰਚ ਚੁੱਕੇ ਹਾਂ ਆਲਰੇਡੀ। ਇਹ ਦੇਖੋ ਜੀ, ਇਹ ਨਾਲ ਹੈ ਮੱਝਾਂ ਛੱਜਾਂ ਦਾ ਫਾਰਮ ਬਣਾ ਰੱਖਿਆ, ਵਿੱਚ ਬੱਚੇ ਗਾਵਾਂ। ਇਹ ਲੈਦਾ ਸਿਸਟਮ ਆ, ਉਹ ਲਿਆ ਰਹੀਆਂ ਨੇ, ਉਹਨਾਂ ਦਾ ਲੈਦਾ ਸਿਸਟਮ ਆ। ਇਹ ਜੀ ਬੱਚੇ ਪਾ ਰੱਖੇ ਨੇ ਖਾਣ, ਮੱਕੀ ਖਾਣੇ। ਕਿੰਨੇ ਦਿਨ ਹੋ ਗਏ ਉਸਤਾਦ ਲੈਂਦੇ ਨੂੰ? 1 ਮਹੀਨਾ ਹੋ ਗਿਆ ਅਤੇ 2 ਮਹੀਨੇ ਰਹਿ ਗਏ ਨੇ। 3 ਮਹੀਨੇ ਵਾਲੀ ਫਾਰਮਿੰਗ ਇਹਨਾਂ ਨੇ ਕਰ ਰੱਖੀ ਆ, ਫੈਕਟਰੀ ਨਾਲੇ ਗੱਲ ਛਲੇ ਨਾਲ ਦੀ ਹੋਈ ਹੋਈ ਆ। 30 ਬੱਚੇ ਨੇ ਅਤੇ ਸਾਰੇ ਦੇਸੀ ਪਾ ਰੱਖੇ ਨੇ, ਮਾਸ਼ਾਅੱਲਾ ਜੀ। ਚੈੱਕ ਕਰੋ, ਇੱਕ ਇੱਕ ਬੱਚਾ ਆਪਣੀ ਮਿਸਾਲ ਖੁਦ ਦੇ ਖੂਬਸੂਰਤ ਖੂਬਸੂਰਤੀ ਦਾ ਮਨ ਕਿਆ ਚੈੱਕ ਕਰੋ ਜੀ, ਮਾਸ਼ਾਅੱਲਾ ਕਿਆ ਬਾਤ ਹੈ। 2.5 ਮਨ 3 ਮਨ ਪਲੱਸ ਹਰ ਬੱਚਾ, ਚੈੱਕ ਕਰੋ ਜੀ, ਮਾਸ਼ਾਅੱਲਾ ਸਾਰੇ ਦੇਸੀ ਬੱਚੇ ਪਾ ਰੱਖੇ ਨੇ ਜੀ, ਮਾਸ਼ਾਅੱਲਾ। ਚੈੱਕ ਕਰੋ ਦੋਸਤੋ, ਕਿਆ ਬਾਤ ਹੈ। ਮੁਬਸ਼ਰ ਖਾਨ ਖੁਦ ਤਾਂ ਹੈ ਨਹੀਂ, ਉਹਨਾਂ ਦਾ ਇੰਟਰਵਿਊ ਕਰਨਾ ਸੀ ਅਤੇ ਕੋਸ਼ਿਸ਼ ਤਾਂ ਮੈਂ ਕੀਤੀ, ਅਸਰ ਤੋਂ ਬਾਅਦ ਚੱਲਾਂਗੇ। ਉਹਨਾਂ ਨਾਲ ਗੱਲਬਾਤ ਹੋ ਜਾਣੀ ਸੀ, ਉਹ ਖੁਦ ਨਹੀਂ ਨੇ, ਨੌਕਰ ਸ਼ੌਕਰ ਫਿਰ ਰਹੇ ਨੇ। ਦੇਖੋ ਜੀ, ਮਾਸ਼ਾਅੱਲਾ ਮੱਕੀ ਪਾ ਰੱਖੀ ਆ, ਸੈਲਜ ਪਾ ਰੱਖਿਆ, ਉੱਤੇ ਵੰਡਾ ਪਾ ਰੱਖਿਆ, ਬਿਹਤਰੀਨ ਕਿਸਮ ਦੀ ਖੁਰਾਕ ਹੈ। ਗੋਸ਼ਤ ਵਾਲਾ ਵੰਡਾ ਚੈੱਕ ਕਰੋ ਜੀ, ਬਰੀਕ ਸਿੰਘ ਲਿੰਗੜੀ ਇਹ ਗੋਸ਼ਤ ਵਾਲੇ ਵੰਡੇ ਦੇ। ਕਿਆ ਬਾਤ ਜੀ, ਮਾਸ਼ਾਅੱਲਾ। ਇਹ ਜੀ ਗਾਵਾਂ ਸਾਰੀਆਂ ਲਿਆ ਰਹੀਆਂ ਨੇ, ਬਾਈ ਚੋਈ ਜਾਂਦੇ ਨੇ ਸਾਰੇ, ਇਹਨਾਂ ਨੂੰ ਦਾਦਾ ਕਰ ਰੱਖੇ ਨੇ। ਸੋ ਇਹ ਜੀ ਮਹੀਨਾ ਹੋ ਜੀ, ਮਾਸ਼ਾਅੱਲਾ ਤਿਆਰ ਹੈ ਸੌਣ ਵਾਲੀ ਹੈ। ਇਹ ਇਕੱਠਾ ਛੱਡਿਆ ਵਿੱਚ, ਬਾਕੀ ਮੱਝਾਂ ਨੇ ਮਾਸ਼ਾਅੱਲਾ ਜੀ ਜ਼ਬਰਦਸਤ ਮੱਕੀ ਦਾ ਚਾਰਾ ਪਾ ਰੱਖਿਆ, ਤੂੜੀ ਮਿਕਸ ਕੀਤੀ ਜਾਂਦਾ ਉਹ ਬਾਈ ਵਿੱਚ ਕਰ ਰਿਹਾ। ਵਲੌਗ ਅੱਛਾ ਲੱਗੇ ਤੇ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਯੂਟਿਊਬ ਚੈਨਲ। ਚੱਲਦੇ ਹਾਂ ਜੀ, ਅਸੀਂ ਤਾਂ ਸਮਝਿਆ ਸੀ ਕਿ 3 ਮਹੀਨੇ ਮੁਕੰਮਲ ਹੋ ਚੁੱਕੇ ਹੋਣੇ, ਦੇਖਾਂਗੇ ਐਡ ਬੱਚਿਆਂ ਦੀ ਕੀ ਹੁੰਦੀ ਆ, ਕੀ ਹਿਸਾਬ ਕਿਤਾਬ ਆ ਇਹਨਾਂ ਦਾ। ਲੇਕਿਨ 1 ਮਹੀਨਾ ਹੋਇਆ ਉਹਨਾਂ ਨੂੰ, 2 ਮਹੀਨੇ ਬਾਅਦ ਫਿਰ ਚੱਕਰ ਲਵਾਂਗੇ ਇਨਸ਼ਾਅੱਲਾ। ਇਸ ਵਕਤ ਤੱਕ ਖੁਦਾ ਹਾਫਿਜ਼।